अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए हेलो फ्रेंड्स आप दीदा मेरे YouTube चैनल में बहुत-बहुत स्वागत है आज स्वजी वीडियो के बीच हम डिस्कस करेंगे कि काफी ज्यादा कैंडिडेट्स को प्रॉब्लम्स आ रही हैं पटवारी दी ऑनलाइन फीस डिपॉजिट करने दे बीच ऑनलाइन और नॉट ओनली पटवारी जिलादार और हदर वैकेंसीज निकलने वाले बीच ਕਾਫੀ ਜ਼ਿਆਦਾ ਕੈਂਡੀਡੇਟਸ ਦੇ ਫਾਰਮ ਗਲਤ ਹੋ ਗਏ ਆ ਦੇਖੋ ਫਰੈਂਡਸ ਫਾਰਮ ਦੇ ਵਿੱਚ ਗਲਤੀ ਨਾ ਕਰਿਓ ਤੁਹਾਨੂੰ ਪਤਾ ਹੈ ਪੋਸਟ ਬਹੁਤ ਅੱਛੀ ਹੈ ਕੱਲ ਨੂੰ ਡਾਕੂਮੈਂਟੇਸ਼ਨ ਵਿੱਚ ਪ੍ਰੋਬਲਮ ਆਣੀ ਉਸ ਤੋਂ ਬੈਟਰ ਕਿ ਗਲਤੀ ਨਾ ਕਰੋ ਅਗਰ ਗਲਤੀ ਹੋ ਗਈ ਹੈ ਸੋਲੂਸ਼ਨ ਕੀ ਹੈ ਉਹ ਮੈਂ ਤੁਹਾਨੂੰ WhatsApp ਜਾਂ Instagram ਤੇ ਦੱਸੂਗਾ ਇਹ ਦੋਨੇ ਤੁਹਾਨੂੰ ਲਿੰਕਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂਗੇ ਅਦਰ ਫਾਰਮ ਗਲਤ ਹੋ ਗਿਆ ਕਿ ਪ੍ਰੋਬਲਮ ਆ ਗਈ ਹੈ ਫਾਰਮ ਫਿਲ ਕਰਦੇ ਪਏ ਡੁਪਲੀਕੇਟ ਆ ਰਿਹਾ ਉਹਦਾ ਵੀ ਸੋਲੂਸ਼ਨ ਪ੍ਰੋਵਾਈਡ ਕਰੂੰਗਾ ਫੀਸ ਪੇ ਨਹੀਂ ਹੋ ਰਹੀ ਹੈ ਉਹਦਾ ਵੀ ਸੋਲੂਸ਼ਨ ਮੈਂ ਪੇ ਕਰੂੰਗਾ ਸਾਡੇ ਤੋਂ ਫੀਸ ਪਲੱਸ ਫਾਰਮ ਫਿਲ ਕਰਾਉਣਾ ਚਾਹੁੰਦੇ ਹੋ ਜੋ ਉਹਦੇ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਬਾਕੀ ਚਲੋ ਇਹਨਾਂ ਜੜੀਆਂ ਤੁਹਾਨੂੰ ਮੈਂ ਗੱਲਾਂ ਦੱਸੀਆਂ ਨਾਲ ਤੁਸੀਂ ਸੋਲੂਸ਼ਨ ਲੈ ਸਕਦੇ ਹੋ 101% ਤਾਂ ਚਲੋ ਹੁਣ ਮੈਂ ਦੱਸਦਾ ஆன்ਲਾਈਨ ਫੀਸ ਤੁਸੀਂ ਕਿਵੇਂ ਪੇ ਕਰਨੀ ਹੈ ਪਹਿਲੇ ਤਾਂ ਸਾਈਟ ਕਾਫੀ ਬਿਜ਼ੀ ਚੱਲੀ ਹੋਈ ਆ ਦੇਖ ਸਕਦੇ ਹੋ ਸਾਈਟ ਓਪਨ ਨਹੀਂ ਹੁੰਦੀ ਵੀ tripssb.gov.in ਮੈਂ ਫਿਲ ਕੀਤਾ ਨਹੀਂ ਚੱਲਦਾ ਪਿਆ Google ਤੇ ਮੈਂ ਫਿਲ ਕੀਤਾ tripssb ਤੁਸੀਂ ਦੇਖ ਵੀ ਸਕਦੇ ਹੋ ਇੱਥੇ ਖੁੱਲ ਗਿਆ ਲੇਕਿਨ ਜਿੱਤਨੇ ਮੈਂ ਵੈਬਸਾਈਟ ਦੇ ਫਰਸਟ ਲਿੰਕ ਤੇ ਕਲਿੱਕ ਕਰਦਾ ਬਸ ਇੱਥੇ ਬਫਰਿੰਗ ਹੁੰਦੀ ਪਈ ਆ ਅੱਗੇ ਨਹੀਂ ਚੱਲਦਾ ਪਿਆ ਬਰਾਊਜ਼ਿੰਗ ਚੱਲੀ ਪਈ ਆ ਸਰਫਿੰਗ ਚੱਲੀ ਪਈ ਆ ਹੁਣ ਉਦੋਂ ਇਹ ਮੈਂ ਲਿੰਕ ਪਹਿਲੇ ਹੀ ਇਨੇਬਲ ਕੀਤਾ ਸੀਗਾ ਤੁਸੀਂ ਇਹਨੂੰ ਇੱਥੇ ਲੌਗਇਨ ਕਰ ਲੈਣਾ ਐਕਟਿਵ ਲਿੰਕਸ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰ ਦੂੰਗਾ ਤੁਸੀਂ ਡਾਇਰੈਕਟਲੀ ਕਲਿੱਕ ਕਰਕੇ ਆਪਣੀ ਫੀਸ ਵੀ ਪੇ ਕਰ ਸਕਦੇ ਹੋ ਅਤੇ ਲੌਗਇਨ ਕਰ ਸਕਦੇ ਹੋ ਨਹੀਂ ਰਜਿਸਟ੍ਰੇਸ਼ਨ ਵੀ ਕਰ ਸਕਦੇ ਹੋ ਸਾਰੇ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵੀ ਦੇ ਦੂੰਗਾ ਜੋ ਟੱਟਲੀ ਕਾਫੀ ਜ਼ਿਆਦਾ ਯੂਸਫੁਲ ਹੋਣਗੇ ਅਤੇ ਵੀਡੀਓ ਨੂੰ ਜ਼ਰੂਰ ਫਰੈਂਡਸ ਨਾਲ ਸ਼ੇਅਰ ਕਰਨਾ ਬਿਕੋਜ਼ ਇਹ ਪ੍ਰੋਬਲਮਸ ਬਹੁਤ ਜ਼ਿਆਦਾ ਕੈਂਡੀਡੇਟਸ ਫੇਸ ਕਰਦੇ ਪੈਣੀ ਵਿਦ ਪ੍ਰੂਫ ਤੁਹਾਨੂੰ ਮੈਂ ਦੱਸੂੰਗਾ ਫੀਸ ਕਿੱਦਾਂ ਪੇ ਹੋਣੀ ਹੈ ਇਨਕਲੂਡਿੰਗ ਲਾਸਟ ਵੇ ਤਾਂ ਇੱਥੇ ਲੌਗਇਨ ਕਰ ਲੈਣਾ ਤੁਸੀਂ ਲੌਗਇਨ ਕਰਕੇ ਇੱਥੇ ਕਲਿੱਕ ਏਰ ਤੇ ਕਲਿੱਕ ਕਰਨਾ ਇਹ ਪੇਜ ਆਊਗਾ ਜੀ ਤੁਸੀਂ ਟਰਮਸ ਐਂਡ ਕੰਡੀਸ਼ਨ ਨੂੰ ਸੈਟੀਸਫਾਈ ਕਰ ਲੈਣਾ ਆਪੇ ਇੱਥੇ ਇਹ ਪੇਜ ਆਊਗਾ ਕੋਈ ਪ੍ਰੋਬਲਮ ਨਹੀਂ ਹੈ ਇਹਨੂੰ ਆਪਾਂ ਫਿਰ ਤੋਂ ਬੰਦ ਕਰ ਦੇਨੇ ਫਿਰ ਤੋਂ ਕਲਿੱਕ ਏਰ ਤੇ ਕਲਿੱਕ ਕਰ ਲੈਣਾ ਤੁਸੀਂ ਨੈਕਸਟ ਪੇਜ ਆਊਗਾ ਟਰਮਸ ਐਂਡ ਕੰਡੀਸ਼ਨ ਨੂੰ ਸੈਟੀਸਫਾਈ ਕਰਕੇ ਪ੍ਰੋਸੀਡ ਕਰ ਦੇਣਾ ਠੀਕ ਹੈ ਜੀ ਇੱਥੇ ਜਿਹੜੀ ਪਟਵਾਰੀ ਦੀ ਪੇਮੈਂਟ ਹੈ ਇਹ ਹੈ ਐਡਵਾਂਸਮੈਂਟ ਨੰਬਰ 12021 ਇੱਥੇ ਕਲਿੱਕ ਕਰ ਲੈਣਾ ਇਸ ਤੋਂ ਬਾਅਦ ਤੁਸੀਂ ਆਪਣੀ ਡਿਟੇਲਸ ਦੇਣੀਆਂ ਡਿਟੇਲਸ ਫਿਲ ਕਰ ਲੈਣੀਆਂ ਇੱਥੇ ਸੋ ਫਿਰ ਟੈਲ ਫਿਲ ਕਰਕੇ ਤੁਸੀਂ ਲੌਗਇਨ ਕਰ ਲੈਣਾ ਹੈ ਡਿਟੇਲਸ ਥੋੜੀਆਂ ਜ਼ਰੂਰੀ ਸੀਗਾ ਸਕ੍ਰੀਨ ਉੱਪਰ ਸਾਹਮਣੇ ਸ਼ੋ ਨਹੀਂ ਕੀਤੀਆਂ ਸੋ ਜਿੰਨੀ ਵੀ ਤੁਹਾਡੀ ਫੀਸ ਹੈ ਤੁਹਾਡੀ ਨੈਕਸਟ ਆ ਜਾਊਗੀ ਇੱਥੇ 2500 ਰੁਪੀ ਅਕੋਰਡਿੰਗ ਟੂ ਕੈਟਾਗਰੀ ਤੁਸੀਂ ਆਪਣੀ ਇੱਥੇ ਲੌਗਇਨ ਟੈਲ ਫਿਲ ਕਰ ਦੇਣੀ ਹੈ ਜੀ ਉਸ ਤੋਂ ਬਾਅਦ ਕੈਂਡੀਡੇਟ ਦਾ ਨਾਮ ਫਿਲ ਕਰਨ ਤੋਂ ਬਾਅਦ ਨਾਮ ਵਗੈਰਾ ਸਹੀ ਲਿਖਣਾ ਜੋ ਤੁਹਾਡਾ ਉੱਪਰ ਹੈ ਉਹ ਫਿਲ ਕਰ ਦੇਣਾ ਉਸ ਤੋਂ ਬਾਅਦ ਤੁਸੀਂ نیچے ਉਹਨਾਂ ਦੀ ਡੇਟ ਆਫ ਬਰਥ ਫਿਲ ਕਰ ਦੇਣੀ ਹੈ ਜੀ ਇੱਥੇ ਡੇਟ ਆਫ ਬਰਥ ਹੈ ਬੜੇ ਹੀ ਧਿਆਨ ਨਾਲ ਚੀਜ਼ਾਂ ਕਰਨੀਆਂ ਇੱਕ ਵਾਰ ਤੁਸੀਂ ਬਾਹਰ ਚੱਲ ਗਏ ਫਿਰ ਤੋਂ ਤੁਹਾਨੂੰ ਸਾਰੀ ਪ੍ਰੋਸੈ ਸੋ ਆਪਾਂ ਇੱਥੇ ਫਿਲ ਕਰ ਦਿੰਨੇ ਆ ਜੀ ਸੋ ਬੜੇ ਹੀ ਧਿਆਨ ਨਾਲ ਪ੍ਰੋਸੈਸ ਕਰਨਾ ਗਲਤੀ ਨਾ ਕਰਿਓ ਜੀ ਮੈਂ ਇੱਕ ਚੀਜ਼ ਵਾਰ-ਵਾਰ ਯੂਜ਼ ਕਰ ਰਿਹਾ ਗਲਤੀ ਨਾ ਕਰਿਓ ਅਦਰਵਾਈਜ਼ ਫਿਊਚਰ ਵੀ ਸਟੱਡੀ ਸਿਲੈਕਸ਼ਨ ਹੋ ਗਈ ਤਾਂ ਫਿਰ ਫਰੈਂਡਸ ਭੁੱਲੀ ਜਾਓ ਸਿਲੈਕਸ਼ਨ ਦੇ ਰਿਗਾਰਡਿੰਗ ਬਿਕਾਜ਼ ਤੁਹਾਨੂੰ ਪਤਾ ਹੈ ਪਟਵਾਰੀ ਦੀ ਪੋਸਟ ਹੈ ਬਾਕੀ ਤੁਸੀਂ ਸਾਰੇ ਸਮਝਦਾਰਾਂ ਨੂੰ ਮੈਂ ਕੀ ਕਹਿਣਾ ਚਾਹੁੰਦਾ ਡਿਟੇਲਸ ਵੈਰਾ ਫਿਲ ਕਰਕੇ ਤੁਸੀਂ ਸਬਮਿਟ ਕਰ ਦੇਣਾ ਆਹ ਸਾਰਾ ਕੈਪਚਾ ਵੈਰਾ ਸਹੀ ਹੋਣਾ ਚਾਹੀਦਾ ਲੌਗਇਨ ਕਰ ਦੋ ਮੀਨ ਟੂ ਸੇ ਸਬਮਿਟ ਕਰ ਦੋ ਸਬਮਿਟ ਕਰਨ ਤੋਂ ਬਾਅਦ ਨੈਕਸਟ ਪੇਜ ਆਊਗਾ ਤੁਹਾਡੇ ਡਿਟੇਲ ਸਟੱਡੀ ਇੱਥੇ ਹੈਗੀਆਂ ਫੀ ਸਟੱਡੀ ਆਊਗੀ ਅਕੋਰਡਿੰਗ ਟੂ ਕੈਟਾਗਰੀ ਤੁਸੀਂ ਕਨਫਰਮ ਕਰ ਦੇਣਾ ਆਫਟਰ ਕਨਫਰਮ ਟਾਡਾ ਇੱਥੇ ਨੈਕਸਟ ਪੇਮੈਂਟਸ ਪੇਜ ਆਊਗਾ ਅਦਰ ਬੈਂਕ ਥਰੂ ਜਾਂ ਪੇਟੀਐਮ ਥਰੂ ਕਰ ਸਕਦੇ ਹੋ ਇਹਦੇ ਥਰੂ ਚਲੋ ਜੀ ਆਪਾਂ ਇਦਾਂ ਛੱਡਦੇ ਆ ਆਪਾਂ ਕਰਦੇ ਆ ਏਟੀਐਮ ਕਾਰਡ ਥਰੂ ਠੀਕ ਹੈ ਜੀ ਆਪਾਂ ਇੱਥੇ ਕਲਿੱਕ ਕਰਦੇ ਆ ਇਹਦੇ ਕੋਈ ਚਾਰਜੇਸ ਵੈਰਾ ਨਹੀਂ ਹੈ ਫ੍ਰੀ ਆਫ ਕਾਸਟ ਹੈ ਅਦਰ ਤੁਸੀਂ ਕਰੋਗੇ ਵਿੱਚ ਵੀ ਡੈਬਿਟ ਕਾਰਡ ਦੇ ਥਰੂ ਕਰੋਗੇ ਅਦਰ ਤੁਸੀਂ ਯੂਜ਼ ਕਰੋਗੇ ਬੈਂਕਿੰਗ ਵੈਰਾ ਉਹਦੇ ਚਾਰਜੇਸ ਵੈਰਾ ਹੈਗੇ ਆ ਤਾਂ ਇੱਥੇ ਤੁਸੀਂ ਆਪਣਾ ਕਾਰਡ ਨੰਬਰ ਫਿਲ ਅਦਰਵਾਈਜ਼ ਸਟੱਡੀ ਕੀ ਵਾਰ ਪੇਮੈਂਟ ਡੈਕਟ ਹੋ ਜਾਂਦੀ ਹੈ ਤਾਂ ਪ੍ਰੋਬਲਮ ਹੋ ਸਕਦੀ ਹੈ ਨਾਲੇ ਜੇਲੇ ਪੇਮੈਂਟ ਹੁੰਦੀ ਹੈ ਤੁਸੀਂ ਪੇਜ ਨੂੰ ਰੀਫਰੈਸ਼ ਨਹੀਂ ਕਰਨਾ ਕਈ ਵਾਰ ਇੰਦਾ ਹੁੰਦਾ ਹੈ ਕਿ ਕੈਂਡੀਡੇਟ ਆਪਣੇ ਫੋਨ ਦਾ ਨੈਟ ਕਨੈਕਟ ਕਰ ਲੈਂਦਾ ਹੈ ਤਾਂ ਉਹਨਾਂ ਕੀ ਹੁੰਦਾ ਜਿਲੇ ਫੋਨ ਆਂਦਾ ਹੈ ਕਈ ਵਾਰ ਫੋਨ ਦਾ ਨੈਟ ਜੇਲੋਸੀਫ ਕਾਲ ਆਂਦੀ ਹੈ ਡਿਸਕਨੈਕਟ ਹੋ ਜਾਂਦਾ ਤਾਂ ਵੀ ਇਹ ਧਿਆਨ ਰੱਖਣਾ ਇਹ ਸਾਰੀ ਕਾਰਡ ਡਿਟੇਲ ਫਿਲ ਕੀਤੀ ਮੈਂ ਉਸ ਤੋਂ ਬਾਅਦ ਆਪਾਂ ਇੱਥੇ ਕੈਪਚਾ ਫਿਲ ਕੀਤਾ ਕੈਪਚਾ ਫਿਲ ਕਰਕੇ ਤੁਸੀਂ ਇਥੋਂ ਕਰ ਦੇਣਾ ਪੇ ਠੀਕ ਹੈ ਜੀ 2500 ਰੁਪਏ ਫੀਸ ਹੈ ਟਰੈਕ ਆਈਡੀ ਵਗੈਰਾ ਇਹ ਹੈ ਠੀਕ ਹੈ ਜੀ ਤੁਸੀਂ ਪੇ ਕਰ ਦੇਣਾ ਪੇ ਕਰਨ ਤੋਂ ਬਾਅਦ ਤੁਹਾਡਾ ਇੱਥੇ ਜਿਹੜਾ ਵੀ ਰਜਿਸਟਰਡ ਮੋਬਾਈਲ ਨੰਬਰ ਹੈਗਾ ਤੁਹਾਡੀ ਬ੍ਰਾਂਚ ਦੇ ਵਿੱਚ ਬੈਂਕ ਦੇ ਵਿੱਚ ਅਤੇ ਤੁਹਾਡਾ ਜਿਹੜਾ ਵੀ ਬੈਂਕ ਹੈਗਾ ਉਹ ਇੱਥੇ ਸ਼ੋ ਕਰੂਗਾ ਠੀਕ ਹੈ ਜੀ ਸ਼ੋ ਕਰਨ ਤੋਂ ਬਾਅਦ ਆਹ ਦੇਖੋ ਇੱਥੇ ਆ ਰਿਹਾ ਇਹਨੂੰ ਆਪਾਂ ਸਬਮਿਟ ਕਰ ਦੇਣੇ ਕਹਿੰਦਾ ਤੁਹਾਡੇ ਬੈਂਕ ਦਾ ਜਿਹੜਾ ਖਾਤਾ ਸੀ ਲਾਸਟ ਵਿੱਚ 193 ਹੈ 2200 ਰੁਪਏ ਫੀਸ ਹੈ ਕਾਰਡ ਡਿਟੇਲ ਹੈ ਇੱਥੇ ਤੁਹਾਨੂੰ ਓਟੀਪੀ ਜਾਊਗਾ ਇੱਥੇ ਹੁਣ ਧਿਆਨ ਦੇਣਾ ਆਹ ਦੇਖੋ ਤੁਹਾਡੇ ਸਾਹਮਣੇ ਕਿੰਨੀਆਂ ਪੇਮੈਂਟਸ ਕੀਤੀਆਂ ਹੋਈਆਂ ਮੈਂ ਸੋ ਕਾਫੀ ਕੈਂਡੀਅਰਸੀ ਪੇਮੈਂਟਸ ਹੋ ਰਹਾ ਕਿਤੀਆਂ ਤੁਹਾਨੂੰ ਵੀ ਪ੍ਰੋਬਲਮ ਆਂਦੀ ਹੈ ਪੇਮੈਂਟ ਸਾਡੇ ਥਰੂ ਕਰ ਸਕਦੇ ਹੋ ਆਪਣੀ ਜੋ ਵੀ ਸੋਲੂਸ਼ਨ ਜਾਂ ਬਾਕੀ ਪ੍ਰੋਸੈਸ ਤੁਹਾਨੂੰ ਦੱਸ ਦੂੰਗਾ ਉਸ ਤੋਂ ਬਾਅਦ ਤੁਸੀਂ ਸਬਮਿਟ ਤੇ ਕਲਿੱਕ ਕਰ ਦੇਣਾ ਇਹ ਪੇਜ ਨੂੰ ਕਦੀ ਵੀ ਰੀਫਰੈਸ਼ ਨਹੀਂ ਕਰਨਾ ਜਿਹੜਾ ਹੁਣ ਹੁੰਦਾ ਪਿਆ ਠੀਕ ਹੈ ਜੀ ਰੀਫਰੈਸ਼ ਕਰਤਾ ਪ੍ਰੋਬਲਮ ਆ ਜਾਣੀ ਹੈ ਡਨ ਹੋ ਗਿਆ ਤੁਹਾਡਾ ਇੱਥੇ ਆ ਦੇਖੋ ਪੇਮੈਂਟ ਸਾਰਾ ਕੁਝ ਡਨ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹ ਜਿਹੜਾ ਇੱਥੇ ਪੀਡੀਐਫ ਇਹਨੂੰ ਡਾਊਨਲੋਡ ਕਰ ਲੈਣਾ ਇਹਨੂੰ ਆਪਾਂ ਡਾਊਨਲੋਡ ਵੀ ਕਰ ਲੈਣੇ ਆ ਇਹਦਾ ਇੱਕ ਕੀ ਕਰਦੇ ਪ੍ਰਿੰਟ ਆਊਟ ਵੀ ਕੱਢ ਲੈਣੇ ਆ ਚ ਇਨ ਨੂੰ ਬੈਲੇਕ ਸੇਵ ਕਰ ਲੈਣੇ ਪੀਡੀਐਫ ਫਾਈਲ ਸੋ ਸੇਵ ਐਸ ਪੀਡੀਐਫ ਕਰ ਲੈਣੇ ਸੋ ਸੇਵ ਐਸ ਪੀਡੀਐਫ ਨੂੰ ਆਪਾਂ ਨਾਮ ਵੀ ਦੇ ਦੇਣੇ ਉਸ ਤੋਂ ਬਾਅਦ ਤੁਸੀਂ ਪ੍ਰਿੰਟ ਵੀ ਕੱਢ ਦੇਣਾ ਠੀਕ ਹੈ ਜੀ ਇਹ ਫਰੈਂਡਸ ਪੂਰਾ ਪ੍ਰੋਸੈਸ ਹੈ ਪਟਵਾਰੀ ਦੀ ਫੀਸ ਪੇ ਕਰਨ ਦਾ ਠੀਕ ਹੈ ਜੀ ਇਸ ਨੂੰ ਕਰਕੇ ਦੇਖੋ ਕੋਈ ਵੀ ਹੋਰ ਕਿੱਸਾ ਦੇਖ ਲਓ ਉਸੇ ਸਾਰੇ ਦੇਖ ਸਕਦੇ ਹੋ ਫੀਸ ਜਨਰੇਟ ਹੋ ਗਈ ਸਲਿੱਪ ਜਨਰੇਟ ਹੋ ਗਈ ਲਾਸਟ ਵੀਜ਼ਰ ਸਲਿੱਪ ਜਨਰੇਟ ਹੋ ਗਈ ਤੁਹਾਡਾ ਉੱਥੇ ਆ ਜਾਊਗਾ ਪ੍ਰਿੰਟ ਠੀਕ ਹੈ ਜੀ ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਫੀਸ ਟਾਡੀ ਨੋਨ ਰਿਫੰਡੇਬਲ ਹੈ ਗਲਤ ਫੀਸ ਹੋਗੀ ਠੀਕ ਹੈ ਜੀ ਗਲਤ ਫਾਰਮ ਫਿਲ ਕੀਤਾ ਸੀ ਇੱਕ ਵਾਰ ਫੀਸ ਹੋ ਗਈ ਸੋ ਹੋ ਗਈ ਉਸ ਤੋਂ ਬਾਅਦ ਕੋਈ ਵੀ ਤੁਹਾਡੀ ਉਹਦੇ ਵਿੱਚ ਕਰੈਕਸ਼ਨ ਵੈਰਾ ਦਾ ਭੁੱਲ ਹੀ ਜਾਓ ਠੀਕ ਹੈ ਜੀ ਬਾਕੀ ਗੱਲ ਰਹੀ ਤੁਹਾਡੇ ਕੋ ਐਪਲੀਕੇਸ਼ਨ ਨੰਬਰ ਰੈਜੀਸਟਰ ਨੰਬਰ ਰੀਸੀਵ ਨਹੀਂ ਹੋਇਆ ਤਾਂ ਉਹਦੀ ਵੀ ਤੁਹਾਨੂੰ ਕੋਈ ਕਰੈਕਸ਼ਨ ਦੇ ਡੇਟ ਵਾਰਾ ਨਹੀਂ ਮਿਲਣੀ ਹੈ ਅਤੇ ਨਾ ਹੀ ਉਹਦੀ ਰਿਕਵਰੀ ਹੋਣੀ ਹੈ ਐਪਲੀਕੇਸ਼ਨ ਤੁਹਾਡੇ ਕੋ ਨੰਬਰ ਨਹੀਂ ਹੈ ਉਹਦਾ ਵੀ ਸਲੂਸ਼ਨ ਪ੍ਰੋਵਾਈਡ ਕਰੋਂਗੇ ਤਵਕੀ ਫਰੈਂਡਸ ਪੂਰੀ ਪ੍ਰੋਸੈਸ ਮੈਂ ਵਿਦ ਪ੍ਰੂਫ ਤੁਹਾਡੇ ਸਾਹਮਣੇ ਸ਼ੋਅ ਕਰ ਦੱਤੀ ਹਾਂ ਉਸ ਤੋਂ ਬਾਅਦ ਜਦੋਂ ਤੁਹਾਡੀ ਇੱਥੇ ਫੀਸ ਹੁਣ ਕਨਫਰਮ ਹੋ ਗਈ ਹੈ ਕਾਫੀ ਜ਼ਿਆਦਾ ਕੈਂਡੀਡੇਟਸ ਨੈਕਸਟ ਡੇ ਲੌਗਇ ਦੇਖੋ ਨਾ ਸੋ ਲੇਕਿਨ ਨੈਕਸਟ ਡੇ ਇਹਨਾਂ ਦੀ ਫੀਸ ਅਪਡੇਟ ਨਹੀਂ ਹੁੰਦੀ ਬੱਦ ਤੋਂ ਬੱਦ 2 ਜਾਂ 3 ਦਿਨ ਲੱਗਦੇ ਇਹਨਾਂ ਦੀ ਫੀਸ ਅਪਡੇਟ ਹੋਣ ਨੂੰ ਸੋ ਧਿਆਨ ਰੱਖਣਾ ਦੂਸਰੇ ਜਾਂ ਤੀਸਰੇ ਦਿਨ ਤੁਸੀਂ ਲੌਗ ਇਨ ਕਰਕੇ ਦੇਖ ਲੈਣਾ ਹੈ ਫੀਸ ਕਨਫਰਮ ਹੋ ਜਾਣੀ ਹੈ ਜਦੋਂ ਤੁਸੀਂ ਕਲਿੱਕ ਕਰੋਗੇ ਇੱਥੇ ਲੌਗ ਇਨ ਕਰਕੇ ਅ ਇੱਥੇ نیچے ਲੌਗ ਇਨ ਕਰੋਗੇ ਡਿਟੇਲਸ ਵਰਾ ਫਿਲ ਕਰਕੇ ਓਕੇ ਕਰੋਗੇ ਆਟੋਮੈਟਿਕ ਤਾ ਡਾ ਐਪਲੀਕੇਸ਼ਨ ਫਾਰਮ ਡਾਊਨਲੋਡ ਹੋ ਜਾਣਾ ਹੈ ਤਾਂ ਤੁਸੀਂ ਉਹਨੂੰ ਬਸ ਸੰਭਾਲ ਕੇ ਰੱਖ ਲੈਣਾ ਪ੍ਰਿੰਟ ਆਊਟ ਕਰ ਲੈਣਾ ਸੋ ਫਰੈਂਡਸ ਇਹ ਸੀ ਪੂਰਾ ਪ੍ਰੋਸੈਸ ਬਾਕੀ ਮੈਂ ਤੁਹਾਨੂੰ ਦੱਸਦਾ ਜਲ ਜਲ ਹੀ ਤੁਸੀਂ ਪ੍ਰੋਬਲਮ ਫ ਬੀਜ਼ੀ ਬਹੁਤ ਕੈਂਡੀਡੇਟਸ ਨੂੰ ਪ੍ਰੋਬਲਮ ਆ ਰਹੀ ਹੈ ਡੁਪਲੀਕੇਟ ਐਂਟਰੀਜ਼ ਆ ਰਹੀਆਂ ਕਾਫੀਆਂ ਦੀ ਮਿਸਟੇਕਸ ਹੋ ਗਈਆਂ ਕਾਫੀਆਂ ਨੂੰ ਰੈਡੀਸ਼ ਨੰਬਰ ਰੀਸੀਵ ਨਹੀਂ ਹੋਏ ਬਹੁਤ ਜ਼ਿਆਦਾ ਇਦਾਂ ਦੀ ਪ੍ਰੋਬਲਮਸ ਹੈ ਤੁਸੀਂ ਵੀਡੀਓ ਦੇ ਕਮੈਂਟ ਵੇਰਾ ਚੈੱਕ ਕਰ ਲਿਓ ਕਮੈਂਟਸ ਵਿੱਚ ਬੈਟਰ ਤੁਹਾਨੂੰ ਸੋਲੂਸ਼ਨਸ ਮਿਲ ਜੂਗੇ ਸੋ ਫਰੈਂਡਸ ਇਹ ਪ੍ਰੋਸੈਸ ਕਰਕੇ ਦੇਖੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਉਸ ਪ੍ਰੋਬਲਮ ਦਾ ਤੇ ਇੰਸਟਾਗ੍ਰam ਅਤੇ ਫੇਸਬੁੱਕ ਤੇ ਕਮੈਂਟ ਕਰਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ